ਕਹਿ ਰਿਹਾ ਉਹਦੀ ਗੱਟ ਨਹੀਂ ਲੱਗੇਗੀ, ਔਰ ਜਿਹਦੇ ਗੱਲ ਵਿੱਚ ਪਟਾ ਮਾਰ ਕਰਦਾ ਸਾਰੀ ਦੁਨੀਆ ਦੇ ਵਿੱਚ ਐਨੀ ਨਾਮ ਲਿਖਿਆ ਉਹਨੂੰ ਦੋ ਰੱਖਦੀ ਅੱਗ ਨੇ ਸਾੜੀ ਲੱਗੀ ਉਹ ਜਿਹਦੇ ਕਫਨ ਤੇ ਅਲੀ ਦਾ ਨਾਂ ਲਿਖਿਆ ਤੋ ਸਿਕਰੇ
ਸਾਗੀ ਉਹਦੇ ਨਾਲ ਕੀ ਵਾਸਤਾ ਸੀ ਲਾਏ ਛਪੜੀ ਵਿੱਚ ਜਿਸ ਕਦੇ ਨੇ ਪੈਰ ਪਾਇਆ ਉਹਨੂੰ ਪਤਾ ਕਿ ਢੁੰਗੜੇ ਨੀਰ ਦਾ ਏ ਅਸੀਂ ਕਦੇ ਜਹਾਂ ਨੂੰ ਨਾ ਜਾਏਗਾ ਜੰਨਤ ਵਿੱਚ ਹੀ ਮੁਰਸ਼ਦ ਦਾ ਵੇਲਾ ਜੰਨਤ ਹੈ। ਇਹ ਬਹਿਰਾਮ ਵਾਲੇ ਇਹ ਘਰ ਵਾਲੇ ਨੇ ਨਾ, ਇਹ ਕਰੋੜਾਂ ਰੁਪਈਆਂ ਦਾ ਮਕਾਨ ਹੈ। ਮੈਨੂੰ ਕਸਮ ਖੁਦਾ ਦੀ ਅਜੇ ਮਾਲਕ ਹੀ ਨਹੀਂ, ਅੱਜ ਉਹ ਬੈਠੇ ਨੇ ਮਾਲਕ। ਕਿਉਂ ਮਾਲਕ ਹੈ ਉਹ ਇਹ ਮਾਲਕ ਨੇ ਸੈਦ, ਬਲਕਿ ਇੱਥੋਂ ਦੇ ਨਹੀਂ ਕਾਇਨਾਤ ਦੇ ਮਾਲਕ। ਬਾਬੂਦਾ ਜੀ ਇਹਨਾਂ ਦੀ ਮਿਹਰਬਾਨੀ ਹੈ, ਸਾਡੇ ਕੋਲ ਮਕਾਨਾਂ ਦਾ ਕਿਰਾਇਆ ਨਹੀਂ ਦਿੰਦੇ। ਜਗੀਰ ਜੀ ਇਹਨਾਂ ਦੀ ਮੁਫਤ ਪੈ ਰਹੀ ਹੈ। ਜਨਾਬੇ ਬਹਿਲੌਰ ਨੇ ਜਦੋਂ ਪੈਸੇ ਖਤਮ ਹੋ ਗਏ, ਫੈਕਸ ਹੋ ਚੱਲੀ, ਇੱਕ ਠੀਕਰ ਤੇ ਲਿਖਿਆ ਹੈ ਮੇਰੇ ਮੁਰਸ਼ਦ, ਇਹ ਮਿਸ਼ਨ ਮੇਰਾ ਨਹੀਂ, ਇਹ ਤੁਹਾਡਾ ਮਿਸ਼ਨ ਹੈ। ਮੈਂ ਗੁਲਾਮ ਹਾਂ, ਮੈਂ ਚਲਾ ਰਿਹਾ, ਮੇਰੇ ਕੋਲ ਪੈਸੇ ਕੋਈ ਨਹੀਂ, ਮੈਨੂੰ ਪੈਸੇ ਦਿਓ। ਠੀਕਰੀ ਹਵਾ ਚ ਬੁਲੰਦ ਕੀਤੀ, ਠੀਕਰੀ ਵਾਪਸ ਆਈ, ਉੱਤੇ ਜਵਾਬ ਲਿਖਿਆ। ਜਵਾਬ ਸੁਣਾਓ ਠੀਕਰੀ ਦਾ। ਆਖਿਆ ਤੂੰ ਇਹ ਮਲਕ ਅਮੀਰ ਦਾ ਬਹਿਰਾਮ ਭਾਈ ਮਾਂ ਮਿਸ਼ਨ ਜਾਰੀ ਰੱਖ ਬਿਲਕੁਲ ਨਾ ਹੋ ਸਰਦਾਰ ਪਹਿਲਾਂ ਪੈਸੇ ਚਾਹੀਦੇ ਨੀ, ਤੂੰ ਇਹ ਮਲਕ ਅਮੀਰ ਦਾ